ਅਸੀਂ ਬਰਦਾਸ਼ਤ ਕਰ ਲਿਆ ਕਿਉਂਕਿ ਆਪਾਂ ਬੈਠੇ ਨੀਲੀ ਦੇ ਘਰੇ ਸੀ ਹੁਣ ਆਪਾਂ ਆਏ ਬਾਹਰ ਜੇ ਹੁਣ ਦੁਬਾਰਾ ਸਾਡੇ ਨਾਲ ਕੇਕੇ ਕੀਤੀ ਹੈ ਨਾ ਕੇਕੇ ਆ ਕੁੱਤੇ ਖਾਣੀ ਤਾਂ ਮੈਂ ਇੰਟਰਨੈਟ ਖੜਕਾ ਦਿਆਂਗਾ ਕੀ ਗੱਲ ਪੱਠੇ ਤੋਂ ਆਇਆ ਬੜੀ ਇੰਟਰਨੈਟ ਖੜਕਾਉਣ ਡਿਆ ਪਾਸੋਂ ਤੁਹਾਡਾ ਬੁੜਾ ਇੱਟ ਚੱਕੀ ਫਿਰਦਾ ਸੀ ਮੈਂ ਡਰ ਗਿਆ ਕਿਤੇ ਮੱਥੇ 'ਚ ਨਾ ਮਾਰੇ ਮੈਂ ਕਿਹਾ ਪੰਡਿਤ ਜੀ ਕੀ ਗੱਲ ਇੱਟ ਚੁੱਕੀ ਆ ਕਹਿੰਦਾ ਕਾਹਦਾ ਹਸਪਤਾਲ 'ਚੋਂ ਪੱਥਰੀ ਦਾ ਆਪਰੇਸ਼ਨ ਕਰਾਉਣ ਗਿਆ ਸੀ ਮੈਂ ਕਿਹਾ ਫੇਰ ਫੇਰ ਕੀ ਆ ਢਿੱਡ 'ਚੋਂ ਛਾਪਤੀ ਇੱਟ ਨਿਕਲੀ ਆ ਮੈਂ ਕਿਹਾ ਜਦੋਂ ਅਗਲੀ ਵਾਰੀ ਆਪਰੇਸ਼ਨ ਕਰਾਉਣ ਗਏ ਤਾਂ ਮੈਨੂੰ ਨਾਲ ਜ਼ਰੂਰ ਲੈ ਕੇ ਜਾਇਓ ਕਹਿੰਦਾ ਕੀ ਗੱਲ ਤੂੰ ਵੀ ਆਪਰੇਸ਼ਨ ਕਰਾਉਣਾ ਮੈਂ ਕਿਹਾ ਨਹੀਂ ਮੈਂ ਤਾਂ ਸਿਰਫ ਥੜਾ ਹੀ ਬਣਾਉਣਾ ਨੀਲੂ ਤੇਰੇ ਕੋਲ ਦੋ ਪੰਜਾਹ ਪੰਜਾਹ ਦੇ ਹੈ ਮੇਰੇ ਕੋਲ ਇੱਕ ਵੀ ਨਹੀਂ ਹੁਣ ਤੇ ਆਨੇ ਬਾਨੇ ਕਾਹਨੂੰ ਕੱਢ ਦਿਓ ਮੈਂ ਕੋਈ ਮੰਗਦੀ ਆ ਉਹ ਨਾ ਧਰਿਓ ਜਿਹੜਾ ਛਿੱਲੜ ਜਾਂਦੇ ਹੋਏ ਮੇਰੇ ਹੱਥ ਤੇ ਧਰਨਾ ਨਾ ਮੈਂ ਤਾਂ ਤੇਰੇ ਘਰੇ ਹਜੇ ਪੈਰ ਹੀ ਧਰਿਆ ਤੇ ਤੂੰ ਮਾੜਾ ਜਿਹਾ ਮੈਨੂੰ ਬਾਹਰ ਕੀ ਘੁਮਾਉਣ ਲੈ ਕੇ ਆਈ ਆ ਤੂੰ ਤਾਂ ਮੈਨੂੰ ਬਾਰੋ ਬਾਰ ਧੱਕਾ ਦੇਣ ਨੂੰ ਫਿਰਦੀ ਆ ਜਨਾਬ ਤੁਹਾਨੂੰ ਬਾਹਰ ਘੁਮਾਉਣ ਲਿਆਂਦਾ ਨਾ ਮੈਨੂੰ ਕੋਈ ਸ਼ੌਂਕ ਨਹੀਂ ਸੀ ਮੈਂ ਤਾਂ ਬੰਦਿਆਂ ਵਾਂਗੂ ਤੁਹਾਨੂੰ ਇੱਕ ਗੱਲ ਸਮਝਾਉਣ ਲੈ ਕੇ ਆਈ ਆ ਇੱਕ ਮਿੰਟ ਬੰਦਿਆਂ ਵਾਂਗੂ ਇਹਨੇ ਸਮਝਾਤਾ ਜੇ ਤੈਂ ਸਮਝਾਉਣਾ ਮੈਨੂੰ ਜਨਾਨੀ ਵਾਂਗੂ ਸਮਝਾ ਮੇਰਾ ਮਤਲਬ ਕੁੜੀਆਂ ਵਾਂਗੂ ਕੰਨ ਖੋਲ ਕੇ ਮੇਰੀ ਗੱਲ ਸੁਣ ਲਓ ਮੇਰੇ ਪਾਦਾ ਮੇਰੇ ਘਰੇ ਛਾਉਣੀ ਪਾ ਕੇ ਰਹੋ ਪਰ ਮੇਰੇ ਸੱਸ ਸਹੁਰਾ ਤੇ ਮੇਰੇ ਪ੍ਰਾਹੁਣੇ ਦੀ ਸ਼ਾਨ ਦੇ ਖਿਲਾਫ ਇੱਕ ਵੀ ਸ਼ਬਦ ਨਾ ਕਹੋ ਆਉਂਦਿਆਂ ਘੜੀਸ ਨੀ ਮੇਰੀ ਸੱਸ ਵਿਚਾਰੀ ਦੀ ਉਮਰ ਦਾ ਲਿਹਾਜ ਵੀ ਨੀ ਕੀਤਾ ਕਿ ਵਿਚਾਰੀ ਨਦੀ ਕਿਨਾਰੇ ਰੁੱਖ ਹੈ ਅੱਜ ਡਿੱਗਿਆ ਕਿ ਭਲਕ ਡਿੱਗਿਆ ਨੀਲੂ ਜਦੋਂ ਵੀ ਡਿੱਗਿਆ ਮੈਨੂੰ ਜ਼ਰੂਰ ਬੁਲਾਈ ਕਿਉਂ ਮੈਂ ਕਹਿੰਦਾ ਸ਼ਰਧਾਂਜਲੀ ਨਹੀਂ ਦਿੱਤੀ ਮੈਨੂੰ ਸ਼ਰਧਾਂਜਲੀ ਦੇਣ ਦਾ ਬੜਾ ਹੀ ਸ਼ੌਕ ਹੈ ਲੀਡਰਾਂ ਵਾਲੇ ਸ਼ੌਕ ਕਾਤੋਂ ਪਾਲੇ ਸ਼ਰਧਾਂਜਲੀ ਦੇਣ ਦੇ ਤਾਂ ਉਹ ਭੁੱਖੇ ਹੁੰਦੇ ਆ ਏਦਾਂ ਹੀ ਸ਼ਰਮਾ ਜੀ ਕਹਿੰਦੇ ਆ ਵੀ ਕੇਰਾਂ ਇੱਕ ਨਵੇਂ ਨਵੇਂ ਬਣੇ ਮੰਤਰੀ ਨੇ ਕਿਸੇ ਮਰਗ ਦੇ ਭੋਗ ਤੇ ਸ਼ਰਧਾਂਜਲੀ ਦੇਣ ਲਈ ਭਾਸ਼ਾ ਨੂੰ ਵੱਟਾ ਲਾ ਲਿਆ ਜਾਂਦਾ ਹੀ ਪਤਾ ਕੀ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦਾ ਤਾਂ ਚਲੇ ਜਾਂਦਾ ਪਰ ਉਹਦੀਆਂ ਯਾਦਾਂ ਰਹਿ ਜਾਂਦੀਆਂ ਥੱਲਿਓ ਮੰਤਰੀ ਦਾ ਕਿਸੇ ਨੇ ਪਜਾਮਾ ਖਿੱਚਿਆ ਕਹਿੰਦਾ ਸਰਦਾਰ ਜੀ ਬੰਦਾ ਨੀ ਮਰਿਆ ਬੁੜੀ ਮਰੀ ਆ ਜਾਣੀ ਕਿ ਮਾਤਾ ਭਾਈਆ ਤਾਂ ਹਜੇ ਜਿਉਂਦਾ ਓਹੋ ਬੰਦੇ ਤੋਂ ਭਾਵ ਆ ਇਨਸਾਨ ਚਲੇ ਜਾਂਦਾ ਤੇ ਉਹਦੀਆਂ ਯਾਦਾਂ ਰਹਿ ਜਾਂਦੀਆਂ ਲਓ ਜੀ ਮੰਤਰੀ ਸਾਹਿਬ ਹੁਣ ਕਾਹਲੀ ਕਾਹਲੀ ਆਪਣੇ ਭਾਸ਼ਣ ਵਿੱਚ ਭਾਈਆ ਕੱਟ ਕੇ ਮਾਤਾ ਫਿੱਟ ਕਰੀ ਜਾ ਰਹੇ ਨੇ ਭਾਵੇਂ ਸਾਨੂੰ ਪਤਾ ਕਿ ਸਾਰੀ ਸਾਰੀ ਦਿਹਾੜੀ ਮਾਤਾ ਹੁੱਕਾ ਪੀ ਜਾਂਦੀ ਹੁੰਦੀ ਸੀ ਥੱਲਿਓ ਕੋਈ ਪਜਾਮਾ ਖਿੱਚਦਾ ਕਹਿੰਦਾ ਸਰਦਾਰ ਜੀ ਤੁਹਾਡੀ ਮੱਤ ਤਾਂ ਨੀ ਮਾਰੀ ਓਹੋ ਹੁੱਕਾ ਤੇ ਭਾਈਆ ਪੀਂਦਾ ਹੁੰਦਾ ਸੀ ਮਾਤਾ ਤੇ ਸਿਰਫ ਮੰਗਾਉਂਦੀ ਹੁੰਦੀ ਸੀ ਅਜੇ ਪਰਸੋਂ ਦੀ ਗੱਲ ਹੈ ਕਿ ਮੈਂ ਬੀਜ ਨਿਕਲਿਆ ਜਾਵਾਂ ਮੇਰੇ ਕੰਨਾਂ ਚ ਮਾਤਾ ਦੀ ਆਵਾਜ਼ ਪਈ ਬੇ ਬੱਚ ਮੋਹਣ ਜੀ ਅੱਜ ਤੇ ਘੁੱਟ ਲਾ ਲਾ ਥੱਲਿਓ ਫੇਰ ਪਜਾਮੇ ਨੂੰ ਖਿੱਚ ਪਈ ਸੰਭਲ ਕੇ ਕਹਿੰਦਾ ਕੱਲ ਫੇਰ ਆਵਾਜ਼ ਮਾਰੀ ਬੇ ਪੁੱਤ ਮੋਹਣ ਜੀ ਅੱਜ ਤੇ ਮਾਂ ਦੇ ਹੱਥਾਂ ਦੀ ਰਿੜਕੀ ਲੱਛੀ ਦੀ ਘੁੱਟ ਪੀ ਜਾ ਐਤਕੀ ਕਿਸੇ ਨੇ ਮੰਤਰੀ ਦਾ ਪਜਾਮਾ ਖਿੱਚ ਕੇ ਗੋਡਿਆਂ ਤੱਕ ਕਰਤਾ ਕਹਿੰਦਾ ਸਰਦਾਰ ਜੀ ਕੀ ਬੋਲੀ ਜਾਂਦੇ ਹੋ ਓਏ ਮਾਤਾ ਤੇ NRI ਸੀ ਪਿਛਲੇ 2 ਸਾਲ ਤੋਂ ਆਪਣੇ ਪੁੱਤ ਕੋਲ ਇੰਗਲੈਂਡ ਰਹਿੰਦੀ ਸੀ ਉਹਦੀ ਤੇ ਡੈਥ ਵੀ ਉੱਥੇ ਹੋਈ ਆ ਕੱਲ ਦੀ ਗੱਲ ਕਿਵੇਂ ਹੋ ਸਕਦੀ ਆ ਓਹੋ ਕੱਲ ਤੋਂ ਭਾਵ ਹੈ ਕੱਲ ਦੀਆਂ ਗੱਲਾਂ ਨੇ ਨਾਲੇ ਮਾਤਾ ਭਾਵੇਂ ਇੰਗਲੈਂਡ ਰਹੇ ਭਾਵੇਂ ਬਲੈਤ ਆਤਾ ਥੋੜਾ ਬਦਲਦੀਆਂ ਹੁੰਦੀਆਂ ਨੇ ਉੱਥੇ ਵੀ ਤਾਂ ਕਿਸੇ ਨਾ ਕਿਸੇ ਨੂੰ ਲੱਸੀ ਛਕਾਉਂਦੀ ਹੋਊ ਹੁਣ ਭਲਾ ਮੰਤਰੀ ਜੀ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਕਿਹੜੇ ਗੋਰੇ ਕੋਲ ਉੱਥੇ ਟਾਈਮ ਆ ਬੇਬੇ ਦੇ ਹੱਥਾਂ ਦੀ ਰੜਕੀ ਚਾਟੀ ਦੀ ਲੱਸੀ ਪੀਵੇ ਲਓ ਜੀ ਗੱਲ ਜ਼ਿਆਦਾ ਖਿੱਲਰ ਦੀ ਵੇਖ ਕੇ ਮੰਤਰੀ ਜੀ ਨੇ ਇਹ ਕਹਿ ਕੇ ਆਪਣਾ ਸ਼ਰਧਾਂਜਲੀ ਭਾਸ਼ਣ ਨਿਬੇੜਿਆ ਕੈਸਾ ਹੱਥ ਰੱਸਾ ਸਿਰੇ ਤੇ ਗੰਢ ਭਾਵੇਂ ਇਹਨੂੰ ਸੱਚ ਸਮਝੋ ਭਾਵੇਂ ਝੂਠ ਦੀ ਪੰਡ ਚਾਹੇ ਮਾਤਾ ਇੰਡੀਆ ਸੀ ਚਾਹੇ ਸਮੁੰਦਰੋਂ ਪਾਰ ਕਹਿਣ ਨੂੰ ਜੋ ਮਰਜ਼ੀ ਕਹੀ ਜਾਓ ਪਰ ਮਾਤਾ ਸੀ ਯਾਰਾਂ ਦੀ ਆ।